ਸੜਕਾਂ ਵਧੀਆ ਬਣਾਤੀਆਂ ਟਾਪ ਦੀਆਂ ਸੜਕਾਂ ਬਣ ਗਈਆਂ ਗਲੀਆਂ ਬਣ ਗਈਆਂ ਨਾਲੀਆਂ ਬਣ ਗਈਆਂ ਸਕੂਲ ਬਣ ਗਏ ਯੂਨੀਵਰਸਿਟੀਆਂ ਹਸਪਤਾਲ ਅਦਾਰੇ ਬਣ ਗਏ ਬੈਂਕਾਂ 'ਚ ਐ ਜਾਂਦੇ ਸਸ ਸੁਣਵਾਈ ਹੋਣ ਲੱਗੀ ਜਿਵੇਂ HDFC ਬੈਂਕ 'ਚ ਖਾਤਾ ਤੁਸੀਂ ICICI ਬੈਂਕ 'ਚ ਚਲੇ ਜਾਓ ਖਾਤਾ ਖੋਲਣਾ 3 ਮਿੰਟਾਂ 'ਚ ਤੁਹਾਨੂੰ ਜੀ ਤੁਹਾਡਾ ਛੋਟਾ ਬੰਦਾ ਇਹ ਗੱਲ ਮੈਨੇਜਰ ਉੱਠ ਕੇ ਆਊਗਾ ਉਹ ਤੁਹਾਡੀ ਸਹਾਇਤਾ ਕਰੂਗਾ ਨਾਲ ਦੀ ਰਟਿੰਗ ਬੰਗਣੀ ਕਰਕੇ ਤੁਹਾਨੂੰ ਆਈਡੀ ਫੜਾ ਕੇ ਜਾਓ ਜੀ ਬਣ ਗਿਆ ਖਾਤਾ ਸਰਕਾਰੀ ਬੈਂਕਾਂ 'ਚ ਉਹਨਾਂ ਖਾਤਾ ਖੋਲਣਾ ਕਿਸ ਨੂੰ ਇਹ ਨਹੀਂ ਬਦਲਦਾ ਪ੍ਰਾਈਵੇਟ ਚ ਤਾਂ 3 ਮਿੰਟ ਚ ਖੁੱਲ ਜਾਂਦਾ ਸਰਕਾਰੀ 3 ਦਿਨਾਂ ਚ ਇਹਨੂੰ ਸਮਝ ਹੀ ਨਹੀਂ ਆਉਂਦੀ ਫਾਰਮ ਭਰੋ ਜੀ ਉਹ ਤੇ ਬੋਲਣ ਦਾ ਤਰੀਕਾ ਇਹੋ ਜਿਹਾ ਹੁੰਦਾ ਮੈਂ ਸਾਰੇ ਇਹ ਨਹੀਂ ਕਹਿੰਦਾ ਸਰਕਾਰੀ ਬੈਂਕਾਂ ਦੇ ਵਿੱਚ ਅਫਸਰ ਸਾਹਿਬਨ ਬਹੁਤ ਵਧੀਆ ਬੈਠੇ ਆ ਉਹਨਾਂ ਦੀ ਦਿਲੋਂ ਚੀਜ਼ ਤਾਂ ਕਰਦਾ ਮੈਂ ਹੈਲਪ ਕਰਦਾ ਉੱਠ ਕੇ ਪਰ ਉਹਨਾਂ ਦੇ ਆਪ ਦੇ ਸਰਕਾਰੀ ਅਫਸਰਾਂ ਤੋਂ ਇੰਨਾ ਦਿਮਾਗ ਤੇ ਪ੍ਰੈਸ਼ਰ ਪਾਇਆ ਹੋਇਆ ਹੈ ਕਿਉਂਕਿ ਉਹਨਾਂ ਨੂੰ ਪਹਿਲੀ ਗੱਲ ਤਾਂ ਇੰਟਰਨੈਟ ਨਹੀਂ ਮੁਹੱਈਆ ਹੁੰਦਾ ਚੱਜ ਨਾਲ ਜਦੋਂ ਸਰਕਾਰੀ ਬੈਂਕ 'ਚ ਜਾੜੋ ਹੁਣ ਵੇਖੋ ਮੁਲਾਜ਼ਮ ਵੀ ਅਫਸਰ ਬੈਠੇ ਆ ਅਕਸਰ ਇੰਟਰਨੈਟ ਚੱਲੂਗਾ ਤਾਂ ਡਿਊ ਹੁਣ ਉਹ ਆਪ ਦਾ ਇੰਟਰਨੈਟ ਬੰਨੋ ਰੇ ਵੀ ਕੀ ਕੀ ਖਾਤਾ ਉਹਨੇ ਸਿਸਟਮ ਨੇ ਚੱਕਣਾ ਮੈਂ ਅਫਸਰਾਨ ਨਹੀਂ ਕਹਿੰਦਾ ਸਾਡੇ ਸਰਕਾਰੀ ਸਿਸਟਮ ਨੂੰ ਕਹਿੰਨਾ ਹੈ ਸਰਕਾਰੀ ਅਫਸਰਾਨ ਨਹੀਂ ਸਿਸਟਮ ਨੂੰ ਕਹਿੰਨਾ ਸਿਸਟਮ ਗੰਦਾ ਸੇਵਾ ਕੇਂਦਰਾਂ ਚ ਵੀ ਇਹੀ ਹਾਲ ਹੈ ਸੇਵਾ ਕੇਂਦਰਾਂ ਚ ਤਾਂ ਉਦੋਂ ਵੱਧ ਗੰਦਾ ਹਾਲ ਆ ਤਿੰਨ ਤਿੰਨ ਦਿਨ ਲੋਕ ਰੋ ਪਿੱਟ ਕੇ ਮੇਰੇ ਨਾਲ ਪਿੰਡਾਂ ਚ ਚੱਲੋ ਨਿਆਮੀ ਵਾਲੇ ਹੈਂਡੀਕੈਪਟ ਕੁੜੀ ਆ ਰੋਈ ਜਾਂਦੀ ਐ ਕਹਿੰਦੀ ਵੀਰੇ ਤਿੰਨ ਦਿਨ ਪਤਾ ਨਹੀਂ ਮੋ ਆਟੋ ਰੱਖਸ਼ੇ ਚ ਚਲਾਉਂਦੇ ਕਿਵੇਂ ਇੱਥੇ ਆਏ ਐ ਕੋਈ ਸੁਣਵਾਈ ਨਹੀਂ ਬੱਚੇ ਭਾਏ ਆ ਉਹਦਾ ਉਹ ਵਸ ਉਹਨਾਂ ਨੇ ਆਉਣਾ ਆਪਦੀ ਡਿਊਟੀ ਕਰੀ ਇਹਨੂੰ ਕਹਿੰਦੇ ਬਾਈ ਲੈਣਾ ਲੱਗਿਆ ਪਰ ਕੋਈ ਐਹੋ ਜੀ ਯਾਰ ਇੱਕ ਰਹਿਮਦਲੀ ਨਾਲ ਜਿਹੜਾ ਹੈਂਡੀਕੈਪਟ ਬੰਦਾ ਲੱਤਾ ਹੀ ਦੋਨੇ ਮਰੀਆਂ ਵੀ ਆ ਕੁੜੀ ਠੰਡ ਚ ਵਿਚਾਰੀ ਬਹਿ ਕੇ ਆ ਗਈ ਬੈਂਕਾਂ ਦੀ ਵੀ ਤੁਹਾਨੂੰ ਗੱਲ ਦੱਸਤੀ ਉਹਨੂੰ ਮੈਂ ਤੁਹਾਨੂੰ ਦੱਸਿਆ ਪਹਿਲਾਂ ਬੈਂਕਾਂ ਦੀ ਗੱਲ ਤੇ ਆ ਜਾ ਉਹਨੂੰ ਇਹ ਨਹੀਂ ਬਦਲਦਾ ਜਾਣਾ ਕਿੱਥੇ ਐ ਜੇ ਜਾਊਗਾ ਉਹਨੂੰ ਫਾਰਮ ਐਡਾ ਵੱਡਾ ਐਡਾ ਫਾਰਮ ਹੈ ਜੀ ਤੇ ਉਹਦੇ ਚ ਇੱਕ ਵੀ ਲੈਂ ਨਹੀਂ ਸਮਝ ਆਉਂਦੀ ਲਿਖਿਆ ਕੀ ਐ ਜੇ ਲੈਂਜ ਲੈ ਕੇ ਦੇਖੋਗੇ ਨਾ ਉਹ ਜਿਹੜਾ ਘੜੀਆਂ ਕੋਲੇ ਹੁੰਦਾ ਘੜੀਆਂ ਵਾਲੇ ਕੋਲੇ ਹੁੰਦਾ ਉਹਦੇ ਚ ਵੀ ਨਹੀਂ ਪਤਾ ਲੱਗਦਾ ਵੀ ਲਿਖਿਆ ਕੀ ਐ ਇੰਨੀਆਂ ਸ਼ਰਤਾਂ ਲਿਖੀਆਂ ਹੁੰਦੀਆਂ ਵੀ ਕੱਲੂ ਮਰ ਗਏ ਤਾਂ ਉਹ ਆ ਤੁਹਾਡੇ ਆਏ ਤਾਂ ਤੁਹਾਡੇ ਕੋਲੇ ਹੁੰ ਤੇ ਪ੍ਰਾਈਵੇਟ ਚ ਪਤਾ ਨਹੀਂ ਕੀ ਗੱਲ ਐ ਪ੍ਰਾਈਵੇਟ ਸਾਰਾ ਕੁਝ ਖੂਬਸੂਰਤ ਜਿਹਾ ਹੁੰਦਾ ਐ ਐਲ ਸੀ ਡੀਆਂ ਲੱਗੀਆਂ ਹੋਈਆਂ ਵੇ ਹੀਟਰ ਲੱਗੇ ਹੁੰਦੇ ਐ ਅੱਛਾ ਗਨਮੈਨ ਆਓ ਜੀ ਸਰ ਇਹ ਵੋ ਕੋਈ ਸਰਕਾਰੀ ਜਗ ਲੱਗਣਾ ਯਾਰ ਉਧਰ ਹੋ ਬਾਬਾ ਮੜਾ ਸਾਈਡ ਤੇ ਹੋ ਪਰ ਸਾਡੇ ਵਾਲੇ ਸਲੂਟ ਆ ਜਿਹੜੇ ਇੱਥੇ ਬੌਨਸ ਮੁਲਾਜ਼ਮ ਐ ਇਹ ਵਿਚਾਰੇ ਮੈਂ ਦੋ ਚਾਰ ਵਾਰੀ ਦੇਖਿਆ ਬਹੁਤ ਚੰਗਾ ਇੱਥੋਂ ਦਾ ਇੰਡੀਆ ਬੈਂਕ ਦੀ ਗੱਲ ਕਰਦਾ ਹੋਰ ਬੈਂਕਾਂ ਚ ਦਾ ਮੇਰਾ ਖਾਤਾ ਹੈ ਨਹੀਂ ਮੈਂ ਜਾਂਦਾ ਨਹੀਂ ਸਟੇਟ ਬੈਂਕ ਆਫ ਇੰਡੀਆ ਜਿਹੜਾ ਪਟਿਆਲਾ ਸੀ ਹੁਣ ਇੰਡੀਆ ਬਣ ਗਿਆ ਪਟਿਆਲਾ ਬੈਂਕ ਸੀ ਜਿਹੜਾ ਪਹਿਲਾਂ ਉਹਦੇ ਚ ਸਟਾਫ ਚੰਗਾ ਐ ਤੇ ਇੱਕ ਦੋ ਬੰਦੇ ਸੀਗੇ ਮਾੜੇ ਔਰ ਚਲੇ ਚੁਲੇ ਗਏ ਉਥੋਂ ਪਤਾ ਨਹੀਂ ਕਿੱਧਰ ਘੜਤੇ ਸਰਗਾਨੇ ਚੰਗਾ ਹੋ ਗਿਆ ਚਲੇ ਗਏ ਬਾਕੀ ਸਟਾਫ ਚੰਗਾ ਹੈ ਉਥੇ ਬਾਈ ਜੀ ਇੱਕ ਉਹ ਸਰਦਾਰ ਜੀ ਬਣ ਕੇ ਪਹਿਲਾਂ ਬਹੁਤ ਸੋਹਣੀ ਪਰਸਨੈਲਿਟੀ ਬਾਈ ਜੀ ਜਿਹੜੇ ਖਾਲਸਾ ਬਣੇ ਹੋਏ ਕੈਚੀਅਰ ਨੇ ਪੰਮਾ ਬਾਈ ਜੀ ਉਹਨਾਂ ਨੂੰ ਸਲੂਟ ਹੈ ਯਾਰ ਉਹਨਾਂ ਦੀ ਸੇਵਾ ਦੇਖ ਮੈਂ ਤਾਂ ਹੁਣ ਸੋਹੀ ਸਾਹਿਬ ਆਏ ਸੀ ਮੁਸਾਫਿਰ ਸਾਹਿਬ ਆਏ ਸੀ ਇੱਥੇ ਰਾਈਟਰ ਵੀ ਸੀ ਸਾਡੀ ਸਮਾਜ ਸੇਵਾ ਦੇ ਸੇਵਾ ਕਰਦੇ ਸੀ ਇਹੋ ਜੇ ਬੰਦੇ ਇੰਦਰਜੀਤ ਸਿੱਧੂ ਆ ਮੁੰਡਾ ਹੋਰ ਵੀ ਉਥੇ ਕਾਫੀ ਸਾਰੇ ਹਸਤੀਆਂ ਤੇ ਵਧੀਆ ਆਪਣਾ ਕਰਕੇ ਗਏ ਚੰਗਾ ਕਰਕੇ ਕਈ ਬੰਦੇ ਚੰਗੇ ਠੀਕ ਆ ਥੋੜਾ ਰੁੱਖਾਪਨ ਵੀ ਦਿਖਾਣਾ ਪੈਂਦਾ ਉਹ ਤੇ ਹਰ ਬੰਦੇ ਹੀ ਅੰਦਰ ਕੈਬਨ ਚ ਵੜ ਗਿਆ ਫਿਰ ਕੈਸ਼ੀਅਰ ਦੀ ਵੀ ਵੈਲਿਊ ਖਤਮ ਹੋ ਜਾਂਦੀ ਹੈ ਹੁਣ ਅਸੀਂ ਲੈਣਾ ਚ ਲੱਗੇ ਕਾਇਆ 2 ਲੱਖ ਜਮਾ ਕਰੀਏ ਟੋਕਨ ਲੈ ਕੇ ਆ ਵੀ ਤੂੰ ਵੱਡੀ ਮਾ ਦਾ ਪੁੱਤ ਟੈਂਚ ਲੱਗ ਕੇ ਆ ਕਰੋਨਾ ਦਾ ਦੌਰ ਆ ਪਤਾ ਨਹੀਂ ਤੀਜਾ ਸਾਲ ਚੱਲ ਪਿਆ ਮੈਨੂੰ ਤਾਂ ਆਪ ਨੂੰ ਸਮਝ ਨਹੀਂ ਆਉਂਦੀ ਵੀ ਕਿਤੇ ਤਾਂ ਕੋਈ ਸਰਕਾਰੀ ਅਫਸਰ ਆ ਉਹ ਬਿਨਾਂ ਮਾਸਕਾ ਤੋਰੇ ਫਿਰਦੇ ਆ ਕਿਤੇ ਇਕਦਮ ਹੀ ਐਂ ਲੱਗਦਾ ਵੀ ਕਿਤੇ ਕਰੋਨਾ ਕੱਲਾ ਇੰਨੇ ਕੇਰੀਏ ਚੀ ਹੈ ਕਿਸੇ ਤੇ ਪਹਿਲੀ ਡੋਜ਼ ਨਹੀਂ ਲੱਗੀ ਕਿਸੇ ਨੂੰ ਦੂਜੀ ਨਹੀਂ ਲੱਗੀ ਕਿਸ ਨੂੰ ਕਿਹ ਨਹੀਂ ਲੱਗੀ ਕੋਈ ਕਹਿੰਦਾ ਮੈਂ ਬੂਸਟਰ ਡੋਜ਼ ਲਵਾ ਲਈ ਕਈ ਵਾਰੀ ਆਏ ਹੋ ਜਾਂਦਾ ਅਸੀਂ 10 ਬੰਦੇ ਦੇ ਮਾਸਕ ਨਹੀਂ ਲੱਗੇ ਦੋਹਾਂ ਦੇ ਤਕੜਾ ਲੱਗੇ ਹੋਏ ਸਾਨੂੰ ਆਏ ਲੱਗਦਾ ਵੀ ਕਿਤੇ ਇਹਨੂੰ ਕੋਈ ਬਿਮਾਰੀ ਹੈ ਵੀ ਕੋਈ ਉਹੋ ਜੀ ਪ੍ਰੋਬਲਮ ਹੋ ਗਈ ਇਹ ਤੋਂ ਪਰਾਂ ਹੋ ਕੇ ਰਹੋ ਉਹ ਸਾਨੂੰ ਇਹ ਨਹੀਂ ਪਤਾ ਵੀ ਉਹਦੀ ਇਹ ਪ੍ਰੋਬਲਮ ਹੈ ਕਿਤੇ ਇਹਨਾਂ ਨੂੰ ਨਾ ਕੋਈ ਮੈਨੂੰ ਪ੍ਰੋਬਲਮ ਹੋ ਜੇ ਪਹਿਲਾਂ ਹੁਣ ਇਹ ਪੁੱਛਣਾ ਚਾਹੁੰਦਾ ਸਰਕਾਰ ਨੂੰ ਵੀ ਕਰੋਨਾ ਹੈਗਾ ਕਿ ਚਲਾ ਗਿਆ ਜੇ ਹੈਗਾ ਤੇ ਫਿਰ ਸਾਰਿਆਂ ਲਈ ਹੈਗਾ ਜੇ ਹੈ ਨਹੀਂਗਾ ਤੇ ਕੱਲਾ ਕੀ ਮਤਲਬ ਲੀਡਰ ਵਾਲੀ ਹੈ ਨਹੀਂਗਾ ਤੇ ਬੱਚਿਆਂ ਲਈ ਹੈਗਾ ਸਕੂਲ ਬੰਦ ਹੁਣ ਉਸੇ ਸਕੂਲ ਬੰਦ ਹੈ ਉਸੇ ਸਕੂਲ ਜਿੱਥੇ ਨੂੰ ਮੈਂ ਵੋਟਾਂ ਪੈਂਦੀਆਂ ਉਹ ਦਿਖਾ ਦੂੰਗਾ ਉਹਦਾ ਕਰੋਨਾ ਥੋੜੇ 2-4 ਦਿਨਾਂ ਲਈ ਬਾਕੀ ਹਰ ਸਟਾਫ ਖੜਾਇਆ ਹੈ ਸਕੂਲਾਂ ਦੇ ਵਿੱਚ ਸਟਾਫ ਖੜਾਇਆ ਹੈ ਸਟਾਫ ਆਈ ਜਾਂਦਾ ਹੈ ਜਾਈ ਜਾਂਦਾ ਹੈ ਬੱਚਿਆਂ ਦੇ ਡੋਜਾਂ ਲੱਗੀ ਜਾਂਦੀਆਂ ਚਲ ਆਪਦਾ ਬੱਚਿਆਂ ਦਾ ਭਵਿੱਖ ਕਿਉਂ ਤੁਸੀਂ ਟਾਈਮ ਚ ਲੈ ਇੱਕ ਦਿਨ ਛੋਟੇ ਦੂਜੀ ਕਲਾਸ ਬੁਲਾ ਲਈ ਇਹਦੇ ਨਾਲ ਵੀ ਫਰਕ ਬਹੁਤ ਪੈਂਦਾ ਆਨਲਾਈਨ ਨਹੀਂ ਸਮਝ ਕੁਝ ਹੁੰਦਾ ਨਾ ਤਾਂ ਮੈਡਮ ਨੂੰ ਪੜਾਉਂਦਾ ਨਿਆਰਾ ਆ ਰਹਿਣਾ ਬੱਚਿਆਂ ਨੂੰ ਪੜ੍ਹਨ ਦਾ ਨਿਆਰਾ ਐਵੇਂ ਇੰਟਰਨੈਟ ਦਾ ਖਰਚਾ ਆ ਜੀਓ ਤੇ ਉਹ ਕਮਾਈ ਸਕੋ ਹੋਰ ਕਮਾਈ ਵਧ ਗਈ ਇਹਨਾਂ ਦੀ ਆ ਕੰਪਨੀਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਐ 60 ਦਿਨਾਂ ਦਾ ਪੈਕ 23 ਦਾ ਕਰਤਾ 240 ਵਾਲਾ ਪੈਕ 300 ਦਾ 50 60 ਰੁਪਏ ਰੇਟ ਵਧਾਤਾ ਨਾਲੇ 5 ਦਿਨ ਵੈਲਿਡਿਟੀ ਆ ਬੀਐਸਐਲ ਦਾ ਨੰਬਰ ਵਰਤ ਲੋ ਜੇ ਮਾੜਾ ਮੋਟਾ ਦੇਸ਼ ਨੂੰ ਬਚਾਉਣਾ ਭਾਈ ਨੈਟਵਰਕ ਇਹਨਾਂ ਦਾ ਥੋੜਾ ਜਿਹਾ ਅੱਗੇ ਨਾਲੋਂ ਚੰਗਾ ਤੇ ਠੀਕ ਐ 6 ਮਹੀਨੇ ਦੀ ਵੈਲਿਡਿਟੀ ਤੇ ਮਿਲਦੀ ਐ ਤੇ ਹੋਰ ਬਸ ਆ ਮਾਸਕਾਂ ਦੀ ਗੱਲ ਕਰਦਾ ਹੋਰ ਮੈਂ ਫालतू ਕੋਈ ਹੋਰ ਗੱਲ ਤੇ ਨਹੀਂ ਮੈਂ ਬੋਲਣਾ ਚਾਹੁੰਦਾ ਗੱਲਾਂ ਬਹੁਤ ਸਾਰੇ ਵਿਸ਼ੇ ਆ ਜੀ ਇਹਨਾਂ ਨੂੰ ਬਸ ਸ਼ਰਮ ਆਉਣੀ ਐ ਇਹਨਾਂ ਨੂੰ ਮੈਨੀਫੈਸਟੋ ਬਣਾਉਣਾ ਚਾਹੀਦਾ ਜਿਵੇਂ ਮਸਟ ਹੋਗੀ ਵਧੀਆ ਚਲੋ ਬਣਾਤਾ ਸਰਕਾਰੀ ਅਦਾਰਾ ਤੇ ਖੇਡ ਸਖਿਆਵਾਂ ਸੁਵਿਧਾਵਾਂ ਹੈ ਜੀ ਤੇ ਇਹ ਸਾਰਾ ਕੁਝ ਬਣ ਗਿਆ ਪਰ ਅਗਲੇ 5 ਸਾਲਾਂ ਬਾਅਦ ਇਹਨਾਂ ਕੋਲੇ ਰਹਿ ਕੀ ਜਾਊਗਾ ਮੰਗਣ ਵਾਸਤੇ ਪ੍ਰਿਆ ਇਹ ਤਾਂ ਕਹਿਣੋ ਰਹੇ ਵੀ ਆ ਦੇਖੋ ਜੀ ਇੰਦਰਾ ਗਾਂਧੀ 에어ਪੋਰਟ ਇੱਕ ਜੈੱਤੋ ਬਣਾਤਾ ਜੀ ਹੁਣ ਅਸੀਂ ਸਾਡੀ ਉਮੀਦ ਹੈ ਕੋਟਕਪੂਰ ਤੋਂ ਬਾਅਦ ਸੇਵੇ ਵਾਲੇ ਬ੍ਰਾਂਚ ਲੈ ਕੇ ਜਾਵਾਂਗੇ ਤੇ ਬਾਕੀ ਨਿੱਕੇ ਨਿੱਕੇ ਪਿੰਡਾਂ 'ਚ ਅਸੀਂ ਡੋਮੈਸਟਿਕ 에어ਪੋਰਟ ਬਣਾ ਰਹੇ ਹਾਂ ਵੀ ਜਿਵੇਂ ਰੋੜੀ ਕਪੂਰ ਤੋਂ ਬਸ਼ਨੰਦੀ ਜਾਣਾ ਹੈ ਉੱਥੇ ਜਾਣਾ ਸੁਵਿਧਾਵਾਂ ਦੇ ਰਹੇ ਆਂ ਫ੍ਰੀਜ ਜਾਇਆ ਕਰੋਗੇ ਜਾਜਾ ਛੋਟਿਆ ਕਰੋਗੇ ਇਹ ਐਵੇਂ ਡਰਾਮੇ ਬਾਜੀ ਦੀਆਂ ਗੱਲਾਂ ਐਵੇਂ ਫਾਲਤੂ ਗੱਲਾਂ ਦਾ ਟਾਈਮ ਖਰਾਬ ਹੈ ਇੱਕ ਦੂਜੇ ਤੇ ਤੰਗ ਕਸ਼ੀ ਜਾਂਦੇ ਆ ਮੈਂ ਨਹੀਂ ਸਮਝਦਾ ਜੇ ਸਹੀ ਕੋਈ ਦੇਸ਼ ਦੇ ਰਾਖੇ ਪੰਜ ਚਾਰ ਹੈਗੇ ਉਹਨਾਂ ਨੂੰ ਸਲੂਟ ਹੈ ਸਾਰੀਆਂ ਪਾਰਟੀਆਂ ਦੇ ਕਈ ਆਪਦੇ ਹੱਕ ਹਰਾਲ ਦੀ ਵੀ ਖਾਂਦੇ ਆ ਪਰ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਉਹਨਾਂ ਨੂੰ ਵੱਡੇ ਮਗਰਮੱਛ ਹਬ ਚੁੱਧਮ ਚੁ ਕਰਕੇ ਖਾ ਜਾਂਦੇ ਆ ਉਹ ਬੋਲਣ ਹੀ ਨਹੀਂ ਦਿੰਦੇ ਜੋ ਕਿਤੇ ਮਾੜਾ ਮੋਟਾ ਮੀਡੀਆ ਚ ਛੋਟਾ ਲੀਡਰ ਬੋਲ ਵੀ ਪਵੇ ਕਿਸੇ ਪਾਰਟੀ ਦਾ ਚੰਗਾ ਕੰਮ ਜਿਹੜਾ ਕਰਦਾ ਉੱਪਰੋਂ ਨਾਲ ਦੀ ਨਾਲ ਫੋਨ ਆ ਜਾਂਦਾ ਕੱਟ ਓਏ ਤੂੰ ਕੌਣ ਐਵੇਂ ਵਿੱਚ ਸੁਭਾਵਾਂ ਦਈ ਜਾਂਦਾ ਅਸੀਂ ਬੈਠੇ ਜਦੋਂ ਸਾਡੀ ਚੱਲੂਗੀ ਹੁਣ ਦੇਖ ਲਓ ਇੱਕ ਬੰਦਾ ਕਾਂਗਰਸ ਚ ਵੜਿਆ ਉਥਲ ਪੁਥਲ ਮਚਾਤੀ ਸਾਰੀ ਕਾਂਗਰਸ ਦੀ ਅੱਛਾ ਪੰਜ ਮੁੱਖ ਮੰਤਰੀ ਇੱਕ ਦਿਨ ਚ ਕਿਸੇ ਸਰਕਾਰ ਦੇ ਬਦਲਦੇ ਦੇਖੇ ਅੱਧੇ ਅੱਧੇ ਘੰਟੇ ਬਾਅਦ ਥੋੜੀਆਂ ਵੀ ਪੋ ਕ੍ਰੀਵੀ ਤੇ ਚੱਲੀ ਜਾਵੇ ਐਨ 13 ਦੇ ਕਿਹੜੇ ਨਿਊਜ਼ 18 ਐ ਉਹ ਕਹਿੰਦੇ ਜਾਖੜ ਬਣ ਗਿਆ ਮੁੱਖ ਮੰਤਰੀ ਮੈਂ ਕਹਾਂ ਲੈ ਵੀ ਹਿੰਦੂਆਂ ਚ ਮਾੜੀ ਜਿਹੀ ਲਹਿਰ ਵਧੀਆ ਹੋ ਜੂਗੀ ਹਿੰਦੂ ਬਾਲਾ ਕਹੀ ਜਾਂਦੇ ਸੀ ਸਾਡਾ ਹਿੰਦੂ ਬਣਨੇ ਨਹੀਂ ਮੁੱਖ ਮੰਤਰੀ ਕਦੀ ਨਹੀਂ ਬਣਿਆ ਤੇ ਜਿਵੇਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਸਰਦਾਰ ਸੀ ਚਲੋ ਵੀ ਸਿੱਖਾਂ ਨੇ ਦਿੱਲੀ ਦੇ ਨੇ ਲੱਡੂ ਲੱਡੂ ਬੰਡੇ ਧੋਲ ਧਮੱਕੇ ਰੰਗ ਤਿੰਨ ਦਿਨ ਖੇਡਿਆ ਹੁੰਦਾ ਹੀ ਆ ਜੀ ਚਲੋ ਭਾਈ ਸਾਡਾ ਬੰਦਾ ਬਣਿਆ ਹੁੰਦਾ ਹੀ ਆ ਜੀ ਠੀਕ ਹੈ ਜੀ ਤੇ ਜਾਖੜ ਜੀ ਨਾਲ ਦੀ ਨੇ ਕਹਿੰਦੇ ਨਹੀਂ ਨਹੀਂ ਜੀ ਰੰਧਾਵਾ ਸਾਹ ਮੁੱਖ ਮੰਤਰੀ ਐ ਮੈਂ ਨਾਲ ਦੀ ਨੇ ਪੋਸਟ ਮੈਂ ਵੀ ਦਿੱਲੀ ਮ ਅੱਛਾ 15 ਮਿੰਟ ਵਕੰਦੇ ਨਹੀਂ ਨੀ ਰੰਦਾਵਾ ਸਾਹਿਬ ਨਹੀਂ ਜੀ ਬੀਬੀ ਪੱਠਲ ਨੂੰ ਬਣਾਤਾ ਮੈਂ ਬੀਬੀ ਪੱਠਲ ਕਰਦਾ ਨਾਲ ਦੀ ਨਾ ਰਵਾ ਫੋਟੋ ਪੱਠਲ ਸਾਹਿਬ ਦੀ ਬੀਬੀ ਦੀ ਲਾਤੀ ਨਾਲ ਦੀ ਨਾ ਪਤਾ ਲੱਗਿਆ ਵੀ ਸਿੱਧੂ ਬਣਾਤਾ ਮੈਂ ਕਹਾਂ ਯਾਰ ਕੱਟ ਯਾਰ ਉਹ ਮੇਰੇ ਬੇਟਾ ਕਹਿੰਦਾ papa ਦੋ ਤਿੰਨ ਦਿਨ ਖੜ੍ਹ ਜੂ ਪਤਾ ਨਹੀਂ ਕਿਹੜਾ ਮੁੱਖ ਮੰਤਰੀ ਬੰਨਣਾ ਐਵੇਂ ਤੁਸੀਂ ਬਾਰ ਬਾਰ ਫੋਟੋ ਗੂਗਲ